ਪੰਜਾਬੀ ਰੇਡੀਓ ਯੂਐਸਏ ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 9 ਜਨਵਰੀ ਦਾ ਦਿਨ 1765 ਸਿੱਖਾਂ ਦਾ ਦਿੱਲੀ 'ਤੇ ਹਮਲਾ। ਦਿੱਲੀ ਨੇੜੇ ਭਰਤਪੁਰ ਰਿਆਸਤ ਰਾਜਸਥਾਨ ਦਾ ਰਾਜਾ ਸੂਰਜਮੱਲ ਸੀ। ਉਸਨੇ ਇੱਕ ਨਿੱਕੀ ਜਿਹੀ ਰਿਆਸਤ ਤੋਂ ਸ਼ੁਰੂ ਕਰਕੇ ਆਗਰਾ ਅਤੇ ਮੌਜੂਦਾ ਹਰਿਆਣਾ ਜਿੱਤ ਲਿਆ ਸੀ। ਉਸ ਵਕਤ ਦਿੱਲੀ 'ਚ ਭਾਵੇਂ ਮੁਗਲ ਬਾਦਸ਼ਾਹ ਦਾ ਰਾਜ ਸੀ ਪਰ ਅਸਲ 'ਚ ਰੋਹੀਲਾ ਜਰਨੈਲ ਨਜੀਬਉਦੌਲਾ ਦੀ ਹੀ ਹਕੂਮਤ ਸੀ। ਸੂਰਜਮੱਲ ਅਤੇ ਨਜੀਬਉਦੌਲਾ ਵਿਚਕਾਰ ਅਕਸਰ ਟੱਕਰ ਚੱਲਦੀ ਰਹਿੰਦੀ ਸੀ। 25 ਦਸੰਬਰ 1763 ਦੇ ਦਿਨ ਸੈਯਦ ਮੁਹੰਮਦ ਖਾਨ ਬਲੋਚੀ ਦੀਆਂ ਫੌਜਾਂ ਨੇ ਚਲਾਕੀ ਨਾਲ ਰਾਜੇ ਸੂਰਜਮੱਲ ਨੂੰ ਘੇਰ ਲਿਆ ਅਤੇ ਕਤਲ ਕਰਕੇ ਉਸਦਾ ਸਿਰ ਅਤੇ ਹੱਥ ਵੱਢ ਕੇ ਨਜੀਬਉਦੌਲਾ ਨੂੰ ਪੇਸ਼ ਕੀਤੇ। ਜਦ ਇਹ ਖਬਰ ਸੂਰਜਮੱਲ ਦੇ ਪੁੱਤਰ ਜਵਾਹਰ ਸਿੰਘ ਨੂੰ ਮਿਲੀ ਤਾਂ ਉਸਨੇ ਇਸ ਦਾ ਬਦਲਾ ਲੈਣ ਦੀ ਸਹੁੰ ਖਾਧੀ ਅਤੇ ਮਰਾਠਿਆਂ ਅਤੇ ਸਿੱਖਾਂ ਨਾਲ ਰਾਬਤਾ ਕੀਤਾ। ਸਿੱਖ ਨਜੀਬਉਦੌਲਾ ਨੂੰ ਪਹਿਲਾਂ ਵੀ ਕਈ ਵਾਰ ਟੱਕਰ ਚੁੱਕੇ ਸਨ, ਇਸ ਕਰਕੇ ਉਹ ਜਵਾਹਰ ਸਿੰਘ ਦੀ ਮਦਦ ਵਾਸਤੇ ਤਿਆਰ ਹੋ ਗਏ। 9 ਜਨਵਰੀ 1765 ਦੇ ਦਿਨ ਸਿੱਖ ਫੌਜਾਂ ਦਿੱਲੀ ਵਿੱਚ ਦਾਖਲ ਹੋ ਗਈਆਂ। ਭਾਵੇਂ ਨਜੀਬਉਦੌਲਾ ਕੋਲ ਕਾਫ਼ੀ ਫੌਜ ਸੀ ਪਰ ਉਸਨੇ ਸਿੱਖਾਂ ਨਾਲ ਟੱਕਰ ਲੈਣ ਦੀ ਬਜਾਏ ਆਪਣੇ ਆਪ ਨੂੰ ਕਿਲ੍ਹੇ ਅੰਦਰ ਬੰਦ ਕਰ ਲਿਆ। ਦੂਜੇ ਪਾਸੇ ਨਜੀਬਉਦੌਲਾ ਨੇ ਜਵਾਹਰ ਸਿੰਘ ਜਾਟ ਰਾਜੇ ਨਾਲ ਸਿੱਧਾ ਸਮਝੌਤਾ ਕਰ ਲਿਆ। ਉਂਝ ਇਸ ਮਗਰੋਂ ਸਤੰਬਰ 1765 ਤੋਂ ਮਈ 1766 ਵਿਚਕਾਰ ਨਜੀਬਉਦੌਲਾ ਨੇ ਸਿੱਖਾਂ 'ਤੇ ਕਈ ਵਾਰ ਹਮਲਾ ਕੀਤਾ ਪਰ ਤਕਰੀਬਨ ਹਰ ਵਾਰ ਬੁਰੀ ਤਰ੍ਹਾਂ ਮਾਰ ਖਾਧੀ ਅਤੇ ਹਰ ਵਾਰ ਉਸਨੇ ਆਪਣਾ ਜ਼ਬਰਦਸਤ ਨੁਕਸਾਨ ਕਰਵਾਇਆ। 1768 'ਚ ਵੀ ਨਜੀਬਉਦੌਲਾ ਨੇ ਸਿੱਖਾਂ ਨਾਲ ਕਈ ਵਾਰ ਟੱਕਰ ਲਈ ਪਰ ਤਕਰੀਬਨ ਹਰ ਵਾਰੀ ਉਹ ਬੁਰੀ ਤਰ੍ਹਾਂ ਹਾਰ ਗਿਆ। ਉਹ ਵਿਚਾਰਾ ਇੰਨੀ ਬੇਇੱਜ਼ਤੀ ਮਹਿਸੂਸ ਕਰ ਰਿਹਾ ਸੀ ਕਿ ਉਸਦਾ ਦਿਲ ਸਭ ਕੁਝ ਛੱਡ ਕੇ ਮੱਕੇ ਜਾਣ ਨੂੰ ਕਰਨ ਲੱਗ ਪਿਆ ਸੀ। 1960 ਮਾਸਟਰ ਮੋਤਾ ਸਿੰਘ ਚੜ੍ਹਾਈ ਕਰ ਗਏ। ਮਾਸਟਰ ਮੋਤਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਬਾਨੀਆਂ 'ਚੋਂ ਇੱਕ ਸਨ। ਬਾਬਾ ਅਕਾਲੀ ਲਹਿਰ ਦਾ ਮੁੱਢ ਬਣਨ ਵਾਲੇ ਵੀ ਆਪ ਹੀ ਸਨ। ਆਪ ਨੇ ਕਈ ਸਾਲ ਅੰਗਰੇਜ਼ਾਂ ਦੀ ਜੇਲ੍ਹ 'ਚ ਬਿਤਾਏ ਸਨ। 1947 'ਚ ਉਹ ਕਾਂਗਰਸ ਨਾਲ ਮਿਲਵਰਤਨ ਕਰਦੇ ਰਹੇ ਅਤੇ 1952 'ਚ MLA ਵੀ ਚੁਣੇ ਗਏ ਪਰ ਉਹਨਾਂ ਦੀ ਕਾਂਗਰਸ ਨਾਲ ਨਿਭੀ ਨਹੀਂ ਅਤੇ ਉਹ ਕਿਸਾਨ ਸਭਾ ਦੇ ਆਗੂ ਬਣ ਗਏ। 1959 ਦੇ ਅਖੀਰ 'ਚ ਉਹ ਬਿਮਾਰ ਪੈ ਗਏ ਅਤੇ 9 ਜਨਵਰੀ 1960 ਦੇ ਦਿਨ ਚੜ੍ਹਾਈ ਕਰ ਗਏ। 1983 ਬੁੱਧੀਜੀਵੀ ਕਨਵੈਨਸ਼ਨ ਵੱਲੋਂ ਧਰਮ ਯੁੱਧ ਮੋਰਚੇ ਦੀ ਹਮਾਇਤ। ਏਸ਼ੀਆਈ ਖੇਡਾਂ ਦੌਰਾਨ ਜਿਨ੍ਹਾਂ ਸਿੱਖਾਂ ਨਾਲ ਜ਼ਿਆਦਤੀ ਅਤੇ ਗੁੰਡਾਗਰਦੀ ਹੋਈ ਸੀ ਉਹਨਾਂ ਵਿੱਚ ਬਹੁਤ ਸਾਰੇ ਫੌਜੀ ਅਫਸਰ ਵੀ ਸਨ। ਇਹਨਾਂ 'ਚੋਂ ਬਹੁਤੇ ਪਹਿਲਾਂ ਸਰਕਾਰ ਨਵਾਜ਼ ਜਾਂ ਕਾਂਗਰਸੀ ਸਨ। ਜਦੋਂ ਉਹਨਾਂ ਨੂੰ ਖੁਦ ਨੂੰ ਸੇਕ ਲੱਗਾ ਤਾਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਉਸ ਦੇਸ਼ ਵਿੱਚ ਗੁਲਾਮ ਨੇ। ਇਹ ਸੋਚ ਕੇ ਉਹਨਾਂ ਨੇ ਪੰਥ ਵੱਲ ਮੁੜਨ ਦਾ ਫੈਸਲਾ ਕੀਤਾ ਅਤੇ ਇਹਨਾਂ 'ਚੋਂ ਕੁਝ 17 ਨਵੰਬਰ 1982 ਨੂੰ ਮੇਜਰ ਜਨਰਲ ਮਹਿੰਦਰ ਸਿੰਘ ਅਤੇ ਗੁਰਬਖਸ਼ ਸਿੰਘ ਦੀ ਕਮਾਂਡ ਹੇਠ ਹਰਚੰਦ ਸਿੰਘ ਲੌਂਗੋਵਾਲ ਕੋਲ ਆਏ ਅਤੇ ਦਲ ਨੂੰ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ। ਇਸ 'ਤੇ ਹਰਚੰਦ ਸਿੰਘ ਲੌਂਗੋਵਾਲ ਨੇ ਸਾਬਕਾ ਫੌਜੀਆਂ ਦੀ ਇੱਕ ਕਨਵੈਨਸ਼ਨ 26 ਦਸੰਬਰ 1982 ਦੇ ਦਿਨ ਅੰਮ੍ਰਿਤਸਰ 'ਚ ਬੁਲਾ ਲਈ। ਇਸ 'ਚ ਅਕਾਲੀ ਪਾਰਟੀ ਮੁਤਾਬਕ 13,619 ਅਤੇ ਸਰਕਾਰ ਮੁਤਾਬਕ 5,000 ਸਾਬਕਾ ਫੌਜੀ ਸ਼ਾਮਲ ਹੋਏ। ਇਸ ਕਨਵੈਨਸ਼ਨ 'ਚ ਸਾਬਕਾ ਫੌਜੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁਕੰਮਲ ਹਮਾਇਤ ਕਰਨ ਦਾ ਮਤਾ ਪਾਸ ਕੀਤਾ। ਸਾਬਕਾ ਫੌਜੀਆਂ ਤੋਂ ਆਪਣੇ ਹੱਕ 'ਚ ਫਤਵਾ ਲੈਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ 9 ਜਨਵਰੀ 1983 ਦੇ ਦਿਨ ਬੁੱਧੀਜੀਵੀਆਂ ਦੀ ਕਨਵੈਨਸ਼ਨ ਬੁਲਾ ਲਈ। ਇਸ ਕਨਵੈਨਸ਼ਨ 'ਚ ਤਕਰੀਬਨ 15,000 ਦੀ ਹਾਜ਼ਰੀ ਸੀ। ਇਸ ਕਨਵੈਨਸ਼ਨ ਨੇ ਆਨੰਦਪੁਰ ਸਾਹਿਬ ਦੇ ਮਤੇ ਦੀ ਹਮਾਇਤ ਤੋਂ ਇਲਾਵਾ ਸਿੱਖ ਕਦਰਾਂ ਕੀਮਤਾਂ 'ਤੇ ਹਮਲੇ, ਸਿੱਖਾਂ 'ਤੇ ਤਸ਼ੱਦਦ, ਸਿੱਖ ਫੌਜੀਆਂ ਨੂੰ ਨਜਾਇਜ਼ ਤੰਗ ਕਰਨ ਅਤੇ ਸਿੱਖਾਂ ਨੂੰ ਨਕਲੀ ਪੁਲਿਸ ਮੁਕਾਬਲਿਆਂ 'ਚ ਕਤਲ ਕਰਨ ਵਿਰੁੱਧ ਮਤੇ ਵੀ ਪਾਸ ਕੀਤੇ। ਇਸ ਕਨਵੈਨਸ਼ਨ 'ਚ ਬੁੱਧੀਜੀਵੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁਕੰਮਲ ਹਮਾਇਤ ਕਰਨ ਦਾ ਮਤਾ ਪਾਸ ਕੀਤਾ। 1988 ਖਾੜਕੋਂ ਵੱਲੋਂ ਪੁਲਿਸ ਮੁਖਬਰ ਦਾ ਟੱਬਰ ਖਤਮ। ਸੁਰਜੀਤ ਸਿੰਘ ਬਰਨਾਲਾ ਅਤੇ ਰਾਜੀਵ ਗਾਂਧੀ ਦੇ ਹੁਕਮਾਂ ਹੇਠ ਰਬੈਰੋ ਅਤੇ CRPF ਰਾਹੀਂ ਚਲਾਈ ਜ਼ੁਲਮ ਦੀ ਹਨੇਰੀ ਦੇ ਬਾਵਜੂਦ ਖਾੜਕੋਂ ਦੇ ਐਕਸ਼ਨ ਜਾਰੀ ਰਹੇ। ਖਾੜਕੋਂ ਨੇ ਆਪਣੇ ਸਾਥੀਆਂ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਕਈ ਮੁਖਬਰਾਂ, ਜ਼ਾਲਮ ਪੁਲਸੀਆਂ ਅਤੇ ਅਫਸਰਾਂ 'ਤੇ ਹਮਲੇ ਕੀਤੇ। ਇਸ ਦਾ ਆਗਾਜ਼ ਬ੍ਰਹਮਪੁਰਾ ਕਾਂਡ 'ਚ ਸਿੱਖਾਂ 'ਤੇ ਢਾਏ ਗਏ ਜ਼ੁਲਮ ਦੀ ਸਜ਼ਾ ਦੇਣ ਹਿੱਤ 9 ਜਨਵਰੀ 1987 ਦੇ ਦਿਨ ਤੂਤ ਪਿੰਡ ਦੇ ਨੰਬਰਦਾਰ ਮੁਖਬਰ ਗੁਰਮੇਰ ਸਿੰਘ ਦੇ ਘਰ 'ਤੇ ਹਮਲਾ ਕੀਤਾ ਗਿਆ ਜਿਸ 'ਚ ਉਸਦੇ ਟੱਬਰ ਦੇ 9 ਜੀਅ ਮਾਰੇ ਗਏ। 9 ਜਨਵਰੀ 1988 ਦੇ ਦਿਨ ਪੁਲਿਸ ਨੇ ਸਤਨਾਮ ਸਿੰਘ ਸੱਤਾ ਨੂੰ ਹਿਰਾਸਤ 'ਚੋਂ ਫਰਾਰ ਹੋ ਗਿਆ ਕਹਿ ਕੇ ਨਕਲੀ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 9 ਜਨਵਰੀ ਦਾ ਦਿਨ।